ਦੋਸਤੋ ਚਾਰੇ ਪਾਸੇ ਜੇ ਤੱਕ ਨਿਗਾਹ ਵਹਿੰਦੀ ਹੈ ਕਣਕ ਹੀ ਪਈ, ਲੇਕਿਨ ਸਾਡਾ ਹੀ ਥਾਂ ਇੱਕ ਮਾਂ ਹਾਂ ਪਈ, ਉਹ ਵੀ ਅਸਾਂ ਇਸ ਸਾਲ ਪਹਿਲੀ ਵਾਰੀ ਕਣਕ ਵਹਾਈ ਹੈ ਅੱਲਾਹ ਦੇ ਹੁਕਮ ਨਾਲ। ਅਸਲਾਮੁ ਅਲੈਕੁਮ ਦੋਸਤੋ, ਕਿਆ ਹਾਲ ਹੈ? ਠੀਕ ਹੈ, ਸਿਹਤ ਤਬੀਅਤ ਠੀਕ ਹੈ? ਮੈਂ ਹਾਂ ਮੁਹੰਮਦ ਜ਼ੀਸ਼ਾਨ ਅਤੇ ਤੁਸੀਂ ਦੇ ਪਏ ਮੇਰਾ ਯੂਟਿਊਬ ਚੈਨਲ ਜ਼ੀਸ਼ਾਨ 4K ਵਲੌਗ। ਦੋਸਤੋ ਉਮੀਦ ਕਰਾਂ ਤੁਸੀਂ ਖੈਰ ਖਰੀਅਤ ਨਾਲ ਹੋਸੋ। ਦੋਸਤੋ ਘਰ ਕੋਲੋਂ ਤਕਰੀਬਨ 12-13 ਕਿਲੋਮੀਟਰ ਗਾਓਂ ਵਾਲੀ ਸਾਈਡ ਦੇ ਉੱਤੇ ਇਹ ਵਧੀਆ ਅਸਾਂ ਇੱਥੇ ਕਣਕ ਕੱਪਣ। ਵਾਲੇ ਸਾਹਿਬ ਅਤੇ ਵੱਡਾ ਬਾਈ ਉਹ ਸੁਬਹਾ ਸੁਬਹਾ ਆ ਗਏ ਹਨ, ਲੇਕਿਨ ਵਾਲਾ ਦੁਪਹਿਰ ਟਾਈਮ ਮੇਰੇ ਕੋਲੋਂ ਫੋਨ ਕੀਤੇ ਨੇ ਬਾਈ ਜਿਹੜਾ ਨਾ ਤੂੰ ਵੀ ਆਵਨ ਚਲੋ ਜਲਦੀ ਕਣਕ ਕੱਪੀ। ਵੈਸੇ ਇਹ ਤੁਸੀਂ ਦੇਖ ਸਕਦੇ ਵੀ ਕਾਫੀ ਸਾਰੀ ਕਣਕ ਜਿਹੜਾ ਨਾ ਵਾਲਿਦ ਸਾਹਿਬ ਅਤੇ ਵੱਡਾ ਬਾਈ ਕੱਪੀ ਵਧਣ, ਲੇਕਿਨ ਖੈਰ ਨਾਲ ਮੈਂ ਵੀ ਆ ਗਈ ਹਾਂ ਅਤੇ ਇਨਸ਼ਾਅੱਲਾ ਜਿਹੜੇ ਤਰੇ ਬੰਦੇ ਥੀ ਵੈਸੇ ਤੁਹਾਨੂੰ ਪਤੇ ਵੱਧ ਕਣਕ ਜਲਦੀ ਕੱਟੀ ਚ। ਵੈਸੇ ਦੋਸਤੋ ਕਾਫੀ ਸਾਰੀ ਕਣਕ ਜਿਹੜਾ ਨਾ ਇੱਥਾਂ ਗੱਡੇ ਵੱਧੇ ਪੈਣ ਅਤੇ ਕਾਫੀ ਸਾਰੀ ਕਣਕ ਜਿਹੜਾ ਨਾ ਉਹ ਹਾਲੇ ਖੁੱਲ੍ਹੀ ਪਈ ਹੈ, ਉਹ ਇਨਸ਼ਾਅੱਲਾ ਉਹਦੇ ਵੀ ਪਿੱਛੇ ਵਾਲਾ ਜਿਹੜਾ ਨਾ ਗੱਡੇ ਵੱਧੇ ਸੋ ਉਹ ਐਂਡ 'ਤੇ ਵਧੇ ਸੋ, ਪਹਿਲੇ ਨਾ ਵਧੇ ਸੋ, ਕਿਉਂਕਿ ਪਹਿਲੇ ਠੀਕ ਨਹੀਂ ਗਈ ਕੱਟ ਗਏ ਸੋ, ਬਾਅਦ ਦੇ ਵਿੱਚ ਪਿੱਛੇ ਜਿਹੜੇ ਨਾ ਠੀਕ ਨਹੀਂ ਗਏ ਨਾਰਮਲੀ ਮੈਂ ਗੱਡੇ ਵੱਧੇ ਦੇ ਸੋ। ਦੋਸਤੋ ਮੈਂ ਵਹਿੰਦਾ ਪਈ ਹਾਂ ਪੀਨੇ ਚਾਵਣ ਜਿਹਦੇ ਨਾਲ ਅਸਾਂ ਕਣਕ ਵਧੇ ਸੋ, ਤਾਂ ਉਹ ਪੀਨੇ ਜਿਹੜਾ ਨਾ ਖਾਰੇ ਦੇ ਵਿੱਚ ਪੁੱਸੇ ਪੈਣ, ਕਿਉਂਕਿ ਪੁੱਸੇ ਹੋਏ ਜਿਹੜੇ ਪੀਨੇ ਹੋਣ ਨਾ ਉਹਨਾਂ ਨਾਲ ਕਣਕ ਸਹੀ ਵਧੇਂਦੀ ਹੈ, ਅਤੇ ਜਿਹੜੇ ਪੁੱਸੇ ਹੋਏ ਨਾ ਹੋਵੇ ਮਤਲਬ ਕਿ ਖੁਸ਼ਕ ਪੀਨੇ ਹੋਵੇ ਤਾਂ ਉਹਨਾਂ ਨਾਲ ਪਿੱਛੇ ਕਣਕ ਜਿਹੜਾ ਨਾ ਨਹੀਂ ਵਧੇਂਦੀ, ਪੀਨਾ ਤਰੁੱਟਣ ਪੈ ਪੈਂਦੇ। ਇਹ ਕਣਕ ਦੇ ਪਰੋਂ ਹੀ ਜਿਹੜਾ ਨਾ ਪੀਟਰ ਵਾਲਾ ਖਾਦਾ ਹੈ ਪੀਆ, ਉਹਦੇ ਵਿੱਚ ਜਿਹੜਾ ਨਾ ਪੀਨੇ ਪੁੱਸੇ ਪੈਣ ਕਣਕ ਵਧਣ ਵਾਸਤੇ। ਤਾਂ ਹੁਣ ਮੈਂ ਜਿਹੜਾ ਨਾ ਆ ਗਈ ਹਾਂ ਇਹ ਸਾਹਮਣੇ ਜਿਹੜਾ ਨਾ ਉਹ ਦੇਖੋ ਇਹ ਜਿਹੜਾ ਨਾ ਬੋਰ ਹੈ ਪੀਆ, ਇਹ ਖਾਰੇ ਦੇ ਵਿੱਚ ਜਿਹੜਾ ਨਾ ਪੀਨੇ ਪੁੱਸੇ ਪੈਣ ਤਾਂ ਜੁੜਦੇ ਹੈ, ਇਹ ਪੀਨੇ ਚਾਹੁੰਦੇ ਹੈ ਪੀਨੇ ਜਾ ਕੇ ਪਿੱਛੇ ਜਿਹੜਾ ਨਾ ਉੱਥਾਂ ਜਿੱਥਾਂ ਵੱਡਾ ਬਾਈ ਅਤੇ ਵਾਲਿਦ ਸਾਹਿਬ ਕਣਕ ਕਪੇਂਦੇ ਬੈਠੇ ਉੱਥਾਂ ਮੰਨ ਕੇ ਜਿਹੜਾ ਨਾ ਪਿੱਛੇ ਕਣਕ ਵਧੇਂਦੇ ਵੀ ਹੈ ਅਤੇ ਨਾਲ ਨਾਲ ਕਪੇਂਦੇ ਵੀ ਹੈ। ਇਹ ਦੇਖੋ ਦੋਸਤੋ ਇਹ ਜਿਹੜਾ ਨਾ ਉਹ ਪੀਨੇ ਪੁੱਸੇ ਪੈਣ, ਅਤੇ ਇਹ ਪੀਨੇ ਜਿਹੜਾ ਨਾ ਇੱਕ ਸਾਈਡ ਇਹਨਾਂ ਦੀ ਪੁੱਸੀ ਪਈ ਹੈ ਅਤੇ ਇੱਕ ਸਾਈਡ ਇਹਨਾਂ ਦੀ ਜਿਹੜਾ ਨਾ ਖੁਸ਼ਕ ਪਈ ਹੈ, ਤਾਂ ਇਹਨਾਂ ਕੋਲ ਮੈਂ ਜਿਹੜਾ ਨਾ ਪਾਣੀ ਦੇ ਵਿੱਚ ਡੁਬੋ ਕੇ ਕੱਢੇ ਨਾ ਤਾਂ ਕਿ ਜਿਹੜਾ ਨਾ ਇਹ ਸਾਰੇ ਗਿੱਲੇ ਥੀ ਵਜਣ, ਬਾਅਦ ਵਿੱਚ ਪਿੱਛੇ ਜਿਹੜਾ ਨਾ ਇਹਨਾਂ ਕੋਲ ਚਾਹ ਕੇ ਜੁਲਦੇ ਪਏ, ਅੱਲਾ ਖੈਰ ਕਰੇ ਸਹੀ। ਕਾਫੀ ਦੇਰ ਡੁੱਬਿਆ ਲਿਆਉਣ ਤੋਂ ਬਾਅਦ ਦੋਸਤੋ ਜਿਹੜਾ ਨਾ ਹੁਣ ਇਹ ਪਿੰਨੇ ਫੁੱਲ ਗਿੱਲੇ ਥੀ ਚੁੱਕੇ ਹਨ ਅਤੇ ਹੁਣ ਚਾਹ ਕੇ ਜੁਲਦੇ ਪਏ ਹੈ, ਵੱਧ ਤੀਵੇਂ ਕਣਕ ਦੇ ਵਿੱਚ ਜਾਗਦੇ ਉਹ ਸਾਹਮਣੇ ਜਿਹੜਾ ਨਾ ਵੱਡਾ ਬਾਈ ਅਤੇ ਵਾਲਿਦ ਸਾਹਿਬ ਕਣਕ ਕਹਿੰਦੇ ਵਧਣ, ਮੈਂ ਵੀ ਉੱਥੇ ਹੀ ਵਜਣੇ ਤਾਂ ਆਪਣਾ ਸਫ਼ਰ ਜਾਰੀ ਕੀਤੇ ਜੁਲਦੇ ਹੈ ਅਤੇ ਨਾਲ ਨਾਲ ਸੁੱਕ ਵਿਲਾਗ ਦੇ ਵਿੱਚ ਸਾਰਾ ਹਾਲ ਹਵਾਲ ਵੀ ਸੁਣੇ ਦੇ ਜੁਲਦੇ ਹਾਂ ਸਹੀ। ਤਾਂ ਇਹ ਪੀਨੇ ਜਿਹੜਾ ਨਾ ਉੱਥਾਂ ਰੱਖ ਕੇ ਅਤੇ ਵੱਲ ਜਿਹੜਾ ਨਾ ਮੈਂ ਕੱਪੜੇ ਚੇਂਜ ਕਰੇ ਸਾਂ, ਡਰੈਸ ਚੇਂਜ ਕਰਕੇ ਵੱਧ ਜਿਹੜਾ ਨਾ ਕਣਕ ਪੈ ਸਕੂ, ਕਿਉਂਕਿ ਜਿਹੜਾ ਨਾ ਇਹ ਦੋਸਤੋ ਮੈਂ ਜਿਹੜਾ ਨਾ ਸਾਫ਼ ਸੁਥਰੇ ਧੋਤੇ ਹੋਏ ਕੱਪੜੇ ਪਾਤੀ ਬੰਦਾ, ਇਹ ਤਾਂ ਮੇਰੀ ਖਰਾਬ ਥੀ ਸੀ ਕਿਉਂਕਿ ਮੈਂ ਬੜਾ ਨਮਾਜ਼ ਵੀ ਪੜ੍ਹਾਉਣੀ ਹੁੰਦੀ ਹੈ, ਤਾਂ ਵਰਦੀ ਚੇਂਜ ਕਰੇ ਸੂ, ਵਰਦੀ ਚੇਂਜ ਕਰਕੇ ਕਣਕ ਕੱਪਣ ਵਾਲੀ ਵਰਦੀ ਪਾ ਕੇ ਬਾਅਦ ਵਿੱਚ ਪਿੱਛੇ ਹਿੰਮਤ ਕਰੇ ਸੂ। ਵੈਸੇ ਦੋਸਤੋ ਮੇਰਾ ਫਸਟ ਟਾਈਮ ਦਾ ਐਕਸਪੀਰੀਅੰਸ ਇਹ ਵੀ ਆ ਕਣਕ ਮੈਂ ਕਿ ਨਹੀਂ ਕੱਪੀ ਕੋਈ ਨਹੀਂ, ਕਿਉਂਕਿ ਪਤੇ ਮੌਲਵੀ ਬੰਦੇ ਹੈ ਫਿਰ ਮਦਰਸੇ ਦੇ ਵਿੱਚ ਨਮਾਜ਼ਾਂ ਪੜ੍ਹੇ ਨੇ ਅਤੇ ਬੱਚੇ ਪੜ੍ਹੇ ਨੇ, ਲੇਕਿਨ ਇਸ ਸਾਲ ਆਪਣੀ ਕਣਕ ਵਾਹੀ ਜੁਈ ਸੇ ਚਲੋ ਮੈਂ ਆਪ ਹੀ ਕੱਪੇ ਸੋ ਨਾਲ ਨਾਲ ਅੱਲਾਹ ਦੇ ਹੁਕਮ ਨਾਲ। ਦੋਸਤੋ ਉਹ ਸਾਹਮਣੇ ਮੋਟਰਸਾਈਕਲ ਦੇ ਉੱਤੇ ਜਿਹੜੇ ਨਾ ਕੱਪੜੇ ਖੜੇ ਥੇ, ਉਹ ਕੱਪੜੇ ਇਨਸ਼ਾਅੱਲਾ ਚੇਂਜ ਕਰਕੇ ਵਰਦੀ ਚੇਂਜ ਕਰਕੇ ਪਿੱਛੇ ਇਨਸ਼ਾਅੱਲਾ ਕਣਕ ਦੇ ਵਾਂਦੇ 'ਚ ਪੈ ਵਸੂੰ। ਪਹਿਲੇ ਦੋਸਤੋ ਮੈਂ ਜਿਹੜਾ ਨਾ ਕੱਪੜੇ ਚੇਂਜ ਕਰਕੇ ਮੇਰੇ ਕੱਪੜੇ ਚੇਂਜ ਕਰਕੇ ਹੁਣ ਜਿਹੜਾ ਨਾ ਜੁਲਦਾ ਪਈ ਹਾਂ ਕਣਕ ਕੱਪੇ ਨਾਲ, ਅੱਜ ਉੱਥੋਂ ਕਣਕ ਕੱਪ ਕੇ ਲਿਖੇ ਨੇ ਖੈਰ ਨਾਲ।
ਕਣਪ ਕੱਪ ਕੇ ਫੌਰਨ ਹੀ ਦੋਸਤ ਤੋਂ ਵੱਜ ਜਾਣਾ, ਘਰ ਵੱਜਣੇ, ਕਿਉਂਕਿ ਦੋਸਤਾਂ ਨਾਲ ਪ੍ਰੋਗਰਾਮ ਹੈ ਪਿਆ ਮੇਰਾ ਕਿਤੇ ਵੱਜਣ ਦਾ, ਮਤਲਬ ਕਿ ਆਊਟਿੰਗ 'ਤੇ ਵੱਜਣ ਦਾ। ਆਊਟਿੰਗ 'ਤੇ ਕਿੱਥੇ ਵੱਜਣ ਦਾ ਪ੍ਰੋਗਰਾਮ ਹੈ? ਆਊਟਿੰਗ 'ਤੇ ਵੱਜਣ ਦਾ ਪ੍ਰੋਗਰਾਮ ਹੈ ਲਈਆ, ਲਈਆ ਦੋਸਤੋ ਸਿੱਦੀਕ ਪਾਰਕ ਦੇ ਵਿੱਚ ਜਿਹੜਾ ਨਾ ਸਰ ਆਊਟਿੰਗ ਦਾ ਪ੍ਰੋਗਰਾਮ ਹੈ ਪਿਆ। ਹੈਲੋ ਦੋਸਤੋ, ਰਿਜ਼ਵਾਨ ਭਾਈ ਖੜਨ ਥੇ, ਇਹ ਜਿਹੜਾ ਨਾ ਮੇਰੇ ਉੱਤੇ ਖਿਲਦੇ ਖੜਨ, ਕਿਉਂਕਿ ਮੈਂ ਪਹਿਲੀ ਵਾਰੀ ਕਣਕ ਕਪਾਉਂਦਾ ਪਿਆ ਨਾ, ਤਾਂ ਇਹੀ ਗੱਲ ਜਿਹੜਾ ਨਾ ਵੱਧ ਪਿੱਛੇ ਇਹ ਮੇਰੇ ਉੱਤੇ ਮਜ਼ਾਕ ਬਣੇ ਉਹਦੇ ਬਈ ਹੋਣ ਤੱਕ ਜਿਹੜਾ ਨਾ ਤੂੰ ਮਦਰਸੇ ਦੇ ਵਿੱਚ ਪੜ੍ਹਾ ਲਈ ਟ੍ਰੇਨ, ਤਾਂ ਹੁਣ ਪਿੱਛੇ ਬਸ ਅੱਜ ਪਤਾ ਲੱਗ ਸੀ। ਮੈਂ ਇਹ ਕੋਈ ਮਸਲਾ ਕੋਈ ਨਹੀਂ, ਅੱਲਾ ਖੈਰ ਕਰੇ ਸੀ, ਅੱਜ ਕਣਕ ਕਪਾਉਂਦੇ ਪਏ ਖੈਰ ਨਾਲ। ਦੋਸਤੋ ਮਾਸ਼ਾਅੱਲਾ, ਇੱਥੇ ਜਿਹੜਾ ਨਾ ਬੜਾ ਹੀ ਮਾਹੌਲ ਹੈ ਪਿਆ, ਮੌਸਮ ਵੀ ਕਾਫੀ ਖੂਬਸੂਰਤ ਅਤੇ ਅੱਛਾ ਬਣਿਆ ਖੜ੍ਹੇ, ਝਾੜ ਬਣਿਆ ਖੜ੍ਹੇ, ਅਤੇ ਇਹੋ ਜਿਹੀ ਗੱਲ ਇਹ ਰਿਜ਼ਵਾਨ ਭਾਈ ਦਾ ਮੂਡ ਵੀ ਖੁਸ਼ਗਵਾਰ ਹੈ, ਮੇਰਾ ਵੀ ਖੁਸ਼ਗਵਾਰ ਹੈ, ਤਾਂ ਇਨਸ਼ਾਅੱਲਾ ਤੁਹਾਨੂੰ ਅੱਜ ਜਿਹੜਾ ਨਾ ਕਣਕ ਕੱਪ ਕੇ ਰੱਖੇ ਨੇ, ਅੱਲਾ ਖੈਰ ਕਰੇ ਵੱਲ ਨਾਲ ਨਾਲ ਜੁੜੇ ਰਹੋ, ਵੀਡੀਓ ਪੁਆਇੰਟ ਤੱਕ ਦੇਖ ਸੋ। ਫਾਈਨਲੀ ਦੋਸਤੋ ਕਣਕ ਕੱਪ ਕੇ ਆ ਗਏ ਹੱਸੇ ਘਰ ਵੱਤ, ਮੈਂ ਜਿਹੜਾ ਨਾ ਦਾ ਧੋ ਕੇ ਅਤੇ ਚੇਂਜ ਕਰਕੇ ਵੱਤ ਜਿਹੜਾ ਨਾ ਹੁਣ ਦੋਸਤ ਮੈਂ ਪਾਉਂਦੇ ਪਏ ਚਾਵਣ ਅਤੇ ਪਿੱਛੇ ਵੱਤ ਅਸਾਂ ਸਫ਼ਰ ਸ਼ੁਰੂ ਕਰਨੇ ਪਏ ਹਾਂ ਲਈ ਆਦਾ। ਦੋਸਤਾਂ ਨਾਲ ਮੇਰੀ ਗੱਲ ਥੀ ਚੁੱਕੀ ਹੈ, ਉਹਨੇ ਆਖਿਆ ਸਾਂ ਭੇਜ ਰਹੇ ਨਾ, ਬਸ ਅਸਾਂ ਤਾਂ ਤਿਆਰ ਹੈ, ਬਸ ਸਿਰਫ ਤੇਰੀ ਇੰਤਜ਼ਾਰ ਖੜ੍ਹੇ ਹਾਂ ਇੱਥੇ। ਮੈਂ ਕਿਹਾ ਚਲੋ ਆ ਵਜੋ, ਮੈਂ ਵੀ ਤਿਆਰ ਹਾਂ, ਲੇਕਿਨ ਮੈਂ ਹੁਣ ਜਿਹੜਾ ਨਾ ਪੈਦਲ ਵਹਿੰਦਾ ਪਈ ਹਾਂ ਆਪਣੇ ਘਰ ਵਾਲੀ ਗਲੀ ਦੇ ਉੱਤੇ, ਮੇਨ ਸੜਕ ਹੈ ਪਈ, ਉਹ ਸੜਕ 'ਤੇ ਵੈਸਾਂ, ਅਤੇ ਪਿੱਛੇ ਜਿਹੜਾ ਨਾ ਉੱਥੋਂ ਮੈਂ ਇੱਕ ਦੋਸਤ ਜਿਹੜਾ ਨਾ ਪਿੱਕ ਕਰ ਗਏ ਸਨ। ਦੋਸਤੋ ਵੀਡੀਓ ਨੂੰ ਲਾਈਕ ਜ਼ਰੂਰ ਕਰਨੇ, ਕਿਉਂਕਿ ਵੀਡੀਓ ਬਣਾਉਣ ਦੇ ਵਿੱਚ ਬਹੁ ਹੀ ਜ਼ਿਆਦਾ ਮਿਹਨਤ ਲੱਗਦੀ ਹੈ। ਦੋਸਤੋ ਹੁਣ ਜਿਹੜਾ ਨਾ ਦੋਸਤ ਮੇਰੇ ਆ ਗਏ ਹਨ, ਅਦਨਾਨ ਮੁਸਤਫਾਈ ਸਾਹਿਬ, ਮੁਹੰਮਦ ਉਮੈਰ ਅਤੇ ਮੁਹੰਮਦ ਵਸੀਮ, ਤਾਂ ਦੋਸਤੋ ਹੁਣ ਲਈਆ ਦਾ ਸਫ਼ਰ ਸ਼ੁਰੂ ਕਰਦੇ ਪਏ ਹਾਂ। ਦੋਸਤੋ ਕਾਫੀ ਦੇਰ ਸਫ਼ਰ ਕਰਨ ਤੋਂ ਬਾਅਦ ਜਿਹੜਾ ਨਾ ਮੋਟਰਸਾਈਕਲ 'ਤੇ ਬਹਿ ਬਹਿ ਥੱਕ ਗਿਆ ਸੀ, ਇਹ ਗੱਲ ਜਿਹੜਾ ਨਾ ਹੁਣ ਰਸਤੇ ਸਟੇ ਕੀ ਦਿਖਣੇ ਆ ਸਹੀ ਕਢਾਉਂਦੇ ਪਏ।